ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸਾਰੇ ਸਰੋਤਿਆਂ ਦਾ। 21 ਪਾਸਪੋਰਟ ਸੀਵ ਹੋਏ ਸੀਗੇ, ਜਿਹਦੇ ਵਿੱਚ 6 ਪਾਸਪੋਰਟ ਆਪਣੇ ਕੋਲ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਆਏ ਆ, 4 ਪਾਸਪੋਰਟ ਓਪਨ ਵਰਕ ਪਰਮਿਟ ਅਤੇ 11 ਪਾਸਪੋਰਟ ਵਿਜ਼ਟਰ ਵੀਜ਼ਾ ਦੇ ਨੇ। ਇਹਦੇ ਨਾਲ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੱਸਣੀ ਚਾਹੁੰਦਾ, ਜ਼ਿਆਦਾਤਰ ਲੋਕ ਜਦੋਂ ਸਾਡੇ ਕੋਲ ਵਿਜ਼ਿਟ ਕਰਦੇ ਆ, ਸਪੈਸ਼ਲੀ ਓਪਨ ਵਰਕ ਪਰਮਿਟ ਜਾਂ ਸਪਾਊਸ ਵੀਜ਼ਾ ਦਾ ਇਕੱਠਿਆਂ ਦਾ ਅਪਲਾਈ ਕਰਨ ਦੇ ਲਈ ਜਿੱਥੇ ਗੱਲ ਹੁੰਦੀ ਆ, ਤਾਂ ਉੱਥੇ ਇੱਕ ਬੜੀ ਵੱਡੀ ਕਨਫਿਊਜ਼ਨ ਆ। ਅੱਜ ਵੀ ਜਿਹੜੇ ਸਟੂਡੈਂਟ ਪਲੱਸ ਟੂ ਕਰਕੇ ਜਾ ਰਹੇ ਆ, ਉਹਨਾਂ ਦੇ ਨਾਲ ਤੁਸੀਂ ਓਪਨ ਵਰਕ ਪਰਮਿਟ ਦਾ ਕੇਸ ਇਕੱਠੇ ਵੀ ਜਾਂ ਉਹਨਾਂ ਦੇ ਜਾਣ ਤੋਂ ਬਾਅਦ 'ਚ ਵੀ ਅਪਲਾਈ ਕਰ ਸਕਦੇ ਹਾਂ। ਬਟ ਉਹਦੇ ਵਿੱਚ ਕੁਝ ਗੌਰਮੈਂਟ ਨੇ ਜਿਹੜੀਆਂ ਕੰਡੀਸ਼ਨਸ ਲਗਾਈਆਂ ਸੀਗੀਆਂ, ਉਹਨਾਂ ਦੇ ਵਿੱਚ ਕੁਝ ਕੋਰਸਸ ਦੀ ਲਿਮਿਟ ਕਰਤੀ ਉਹਨਾਂ ਨੇ ਕਿ ਜੇ ਤੁਸੀਂ ਕੁਝ ਬੈਚਲਰ ਡਿਗਰੀ ਜਾਂ ਡਾਕਟਰੇਟ ਡਿਗਰੀਜ਼ ਲੈ ਕੇ ਜਾਂਦੇ ਆ, ਤਾਂ ਉਹੀ ਸਪਾਊਸ ਆਪਦੇ ਨਾਲ ਆਪਦੇ ਸਪਾਊਸ ਨੂੰ ਲੈ ਕੇ ਜਾ ਸਕਦਾ। ਜੇ ਕੋਈ ਸਟੱਡੀ ਕਰਨ ਚੱਲਿਆ ਤਾਂ ਉਹਦਾ ਸਪਾਊਸ ਵੀ ਫੇਰ ਹੀ ਨਾਲ ਜਾ ਸਕਦਾ। ਜੇ ਅਸੀਂ ਉਹ 9 ਤਰੀਕੇ ਦੀਆਂ ਡਿਗਰੀਜ਼ ਦੇ ਵਿੱਚ ਇਨਰੋਲ ਹੋ ਰਹੇ ਹਾਂ, ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ 'ਤੇ ਜਿੱਦਾਂ ਡੈਂਟਲ ਦੀ ਡਿਗਰੀ ਕਿਹਾ ਸੀਗਾ ਗੌਰਮੈਂਟ ਨੇ, ਲਾਅ ਦੀਆਂ ਡਿਗਰੀਜ਼ ਹੈਗੀਆਂ ਨੇ, ਮੈਡੀਸਨ ਹੋ ਗਈ, ਆਪਟੋਮੈਟਰੀ ਦੀ ਹੋ ਗਈ, ਫਾਰਮੈਸੀ ਹੋ ਗਈ, ਵੈਟਨਰੀ ਦੇ ਕੋਰਸਸ ਹੋ ਜਾਂਦੇ ਆ, ਨਰਸਿੰਗ ਦੀ ਬੈਚਲਰ ਡਿਗਰੀ ਜਿਹੜੀ ਹੈਗੀ ਉਹ ਵੀ ਅਸੈਪਟੇਬਲ ਹੁੰਦੀ ਆ, ਬੈਚਲਰ ਆਫ ਐਜੂਕੇਸ਼ਨ ਅਤੇ ਬੀ ਟੈਕ ਦੇ ਜਿੰਨੇ ਵੀ ਕੋਰਸਸ ਨੇ ਇਹ ਸਾਰੇ ਅਸੈਪਟੇਬਲ ਨੇ। ਜੇ ਤੁਸੀਂ ਆਪਦੇ ਸਪਾਊਸ ਨੇ ਅਪਲਾਈ ਕਰਨਾ ਚਾਹੁੰਦੇ ਹੋ, ਇਕੱਠੇ ਜਾਣਾ ਚਾਹੁੰਦੇ ਹੋ ਕਹਿਣਾ, ਤਾਂ ਇਹਨਾਂ 9 ਕੋਰਸਸ ਵਿੱਚੋਂ ਜੇ ਤੁਸੀਂ ਕੋਈ ਵੀ ਕੋਰਸ ਸਿਲੈਕਟ ਕਰਦੇ ਹਾਂ ਤਾਂ ਉਹਦੇ ਵਿੱਚ ਤੁਸੀਂ ਆਪਦੇ ਸਪਾਊਸ ਦਾ ਕੇਸ ਨਾਲ ਅਪਲਾਈ ਕਰ ਸਕਦੇ ਹਾਂ। ਇਸ ਤੋਂ ਬਿਨਾਂ ਜਿਹੜੇ ਬੱਚੇ ਨੇ ਬੈਚਲਰ ਡਿਗਰੀ ਕੀਤੀ ਹੋਈ ਆ, ਉਹ ਕੋਈ ਵੀ ਮਾਸਟਰ ਡਿਗਰੀ ਪ੍ਰੋਗਰਾਮ ਲੈ ਕੇ ਜਾ ਸਕਦੇ ਜਾਂ PhD ਦੇ ਪ੍ਰੋਗਰਾਮ ਲੈ ਕੇ ਜਾ ਸਕਦੇ ਆ, ਉਹਨਾਂ ਦੇ ਵਿੱਚ ਸਪਾਊਸ ਹਰੇਕ ਕੈਟਾਗਰੀ ਦੇ ਵਿੱਚ ਹੀ ਅਸੈਪਟੇਬਲ ਆ। ਐਂਡ ਕੈਨੇਡਾ ਦੇ ਵਿੱਚ ਜਦੋਂ ਤੋਂ ਇਹ ਰੂਲ ਲਾਗੂ ਹੋਇਆ ਤਾਂ ਕਾਫੀ ਸਾਰੀਆਂ ਯੂਨੀਵਰਸਿਟੀਜ਼ ਨੇ 1 ਸਾਲ ਦੇ ਜਿਹੜੇ ਪ੍ਰੋਗਰਾਮ ਪਹਿਲਾਂ ਇੰਨੇ ਹਾਈਲਾਈਟ ਨਹੀਂ ਹੁੰਦੇ ਸੀਗੇ, ਉਹ ਬਹੁਤ ਵੱਡੇ ਲੈਵਲ 'ਤੇ ਹਾਈਲਾਈਟ ਹੋਇਆ ਕਿ ਮਾਸਟਰ ਡਿਗਰੀ ਸਿਰਫ 1 ਸਾਲ 'ਚ ਬੱਚਾ ਕੰਪਲੀਟ ਕਰ ਸਕਦਾ ਕੈਨੇਡਾ ਦੇ ਵਿੱਚ ਜਾ ਕੇ, ਜਿਹਦੀ ਐਵਰੇਜ ਫੀਸ $23,000-24,000 ਤੋਂ ਸਟਾਰਟ ਹੋ ਜਾਂਦੀ ਆ। ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਯੂਨੀਵਰਸਿਟੀ ਲੈ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹਾਂ ਅਤੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹਾਂ। ਕਿਸੇ ਤਰੀਕੇ ਦੀ ਵੀ ਇੱਦਾਂ ਦੀ ਜਾਣਕਾਰੀ ਚਾਹੀਦੀ ਆ ਤੁਹਾਨੂੰ ਕੋਈ ਕਨਫਿਊਜ਼ਨ ਆਏ ਆਪਣੇ ਓਪਨ ਵਰਕ ਪਰਮਿਟ ਪਲੱਸ ਸਟੂਡੈਂਟ ਵੀਜ਼ਾ ਨੂੰ ਲੈ ਕੇ, ਤਾਂ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।